ਪੁੱਜੀ ਆਇਆ ਜਿੱਥੇ ਖਾਣ ਪਕਾਉਣ ਕਰਨੇ ਨੇ ਪਏ। ਅਸਲਾਮ ਅਲੈਕਮ। ਉਹ ਕੀ ਹਾਲ ਹੈ ਸ਼ਕੀਲ ਸਾਹਿਬ? ਠੀਕ ਹੋ? ਤਾਜ਼ੀ ਮੋਹਤਰਮ, ਤੁਸਾਂ ਵੱਲ ਹੋ ਸੋਕੇ 'ਚ ਸਹੀ ਰਹਿਣੇ ਹੋ ਜਾਂ ਖੋਬੇ ਵਿੱਚ? ਮਜ਼ੇ ਜਨਾਬ ਵਾਲੀ ਮੁਕਾਮ ਹੁਣ ਥੋੜ੍ਹਾ ਸਵਾਦ ਆਇਆ, ਕਿਉਂਕਿ ਹੁਣ ਸਰਦੀ ਸ਼ੁਰੂ ਹੋ ਗਈ ਹੈ ਤਾਂ ਕਿਲੋ ਕਿਲ ਜਿਹੜਾ ਖੱਲੇਣਾ ਹੋਵੇ ਸਵਾਦ ਅਛਨਾ ਹੋਣਾ। ਉਹ ਸ਼ਕੀਲ ਸਾਹਿਬ, ਅਸਲਾਮ ਅਲੈਕਮ ਜੀ। ਉਮੀਦ ਕਰਨਾ ਸਾਰੇ ਵੱਲੋਂ ਸੋ, ਮੈਂ ਸ਼ਕੀਲ ਚੌਧਰੀ, ਤੁਸੀਂ ਮੇਰਾ ਫੈਮਿਲੀ ਯੂਟਿਊਬ ਚੈਨਲ 'ਤੇ ਕਰਿਓ ਸ਼ਕੀਲ ਵਲੌਗ। ਜਿਹਨਾਂ ਭੈਣਾਂ ਭਰਾਵਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤੇ, ਜ਼ਰੂਰ ਸਬਸਕ੍ਰਾਈਬ ਕਰ ਸੋ, ਸ਼ੇਅਰ ਕਰ ਸੋ, ਕਮੈਂਟ ਕਰ ਸੋ, ਲਾਈਕ ਜ਼ਰੂਰ ਕਰ ਸੋ ਜਨਾਬ ਆਲੀ ਮਕਾਮ। ਅੱਛਾ ਜਨਾਬ, ਅੱਜ ਕੋਈ ਸ਼ਾਦੀ ਵੀ ਹੈ ਅਤੇ ਉਹ ਵੀ ਤੁਸੀਂ ਇਨਸ਼ਾ ਅੱਲਾਹ ਥੋੜ੍ਹੀ ਸ਼ੇਅਰਿੰਗ ਕਰ ਸਾਂ ਅਤੇ ਇਸ ਕਰਨਾ ਵੀਡੀਓ ਉੱਥੇ ਹੀ ਮੇਰੀ ਕੰਪਲੀਟ ਹੋਈ ਹੈ ਅਤੇ ਇਨਸ਼ਾ ਅੱਲਾਹ ਤਾਲਾ ਫਿਰ ਨਾਲੋ ਨਾਲ। ਬੈਠੋ ਭਈਆ, ਸਮਝ ਕੋ ਚਾਚਾ, ਠੀਕ ਹੈ ਜਨਾਬ ਵਾਲੇ ਮੁਕਾਮ। ਇੱਥੇ ਸ਼ਾਦੀ ਖਾਣਾ ਬਾਦੀ ਸੀ, ਤੁਸਾਂ ਬਾਹੂਬੀ ਤਾਂ ਕਿਹਾ ਉਸ ਚੌਕੀ ਵਗੈਰਾ ਦਿੱਤੀ ਹੈ ਮੈਂ ਅਤੇ ਬਾਰਿਸ਼ ਵਗੈਰਾ ਜਿਹੜੀ ਹੈ ਨਾ ਸ਼ਦੀਦ ਕਿਸਮ ਨਹੀਂ ਹੋਈ ਹੈ, ਜਿਸ ਦੀ ਵਜ੍ਹਾ ਤੋਂ ਥੋੜ੍ਹੀ ਟੈਨਸ਼ਨ ਪੱਟਣਗੇ ਨਾ, ਹੁਣ ਉਸ ਘਰ ਵਿੱਚ ਟੈਨਸ਼ਨ ਲਾਏ ਨੇ। ਅਜੇ ਵੀ ਬਾਰਿਸ਼ ਵਗੈਰਾ ਚਿਮੀ ਚਿਮੀ ਲੱਗੀ ਹੈ, ਸੰਭਾ ਖੋਬੀ ਤਾਂ ਕਿਹਾ ਉਸੀ ਹੈ, ਗਾਰਾ ਸ਼ਾਰਾ ਬਣਤੇ ਆ ਮੈਂ, ਉਹ ਖੋਬਾ ਬਣ ਗਿਆ। ਮਜ਼ੀਦ ਜਨਾਬ ਵਾਲਾ ਜਿਹੜੀ ਵੀ ਡਿਟੇਲ ਹੋਈ ਇਨਸ਼ਾ ਅੱਲਾਹ ਤੁਸਾਂ ਹੀ ਸ਼ੇਅਰ ਕਰਨੇ ਰਹੇ ਸਾਂ, ਨਾਲੋ ਰਾਨ ਰਹੇ ਫਿਰ ਇਨਸ਼ਾ ਲੱਕੜੀਆਂ ਬਾਰਿਸ਼ ਜਿਹੜੀ ਆ ਨਾ ਖਜਲ ਹੁਣ ਸ਼ਦੀਦ ਹੁਣ ਕਰੀ ਗਈ ਆ ਸਭ ਕੁਛ। ਤੁਸੀਂ ਇੱਥੇ ਪਿਓ ਮਾੜੇ ਕੋਲ, ਵੀਡੀਓ ਮੈਂ ਸਾਹਮਣੇ ਬਣਾਉਣਾ ਨਾ ਪਿਆ। ਜਨਾਬ ਯਾਰੀ, ਰੋਟੀ ਛੋਟੀ ਖਾਈ ਦੇ ਨਾ ਅਤੇ ਤੁਸਾਂ ਉਹ ਬਾਹੋ ਵੀ ਤੱਕ ਨਹੀਂ, ਉਹ ਰੋਟੀ ਛੋਟੀ ਜਿੱਥੇ ਪਕਾਉਣੇ ਸਨ ਪਏ ਅਤੇ ਦਿਗਾਂ ਸ਼ਿਗਾਂ ਐਸਾ ਤੱਕੋ, ਹੁਣ ਚਿਕੜਾ ਜੂਥਾ ਰੋਟੀ ਛੋਟੀ ਸਭ ਕੁਝ ਇੱਥੇ ਵਰਤਾਉਣਾ ਸੀ ਅਤੇ ਲੇਕਿਨ ਇੱਦਾਂ ਖਜਲ ਹੁਣ ਸ਼ਦੀਦ ਹੁਣ ਹੋ ਗਏ ਨਾ ਅਤੇ ਮਜ਼ੀਦ ਹੁਣ ਘਰ ਜਾਣੇ ਆ ਅਤੇ ਇਨਸ਼ਾ ਅੱਲਾਹ ਨਾਲੋ ਨਾਲ ਸ਼ੇਅਰ ਕਰ ਸਕਾਂ ਇਨਸ਼ਾ ਅੱਲਾਹ। ਇਹ ਵੇਖ ਸਕਦੇ ਹਾਂ ਜਨਾਬ ਵਾਲੀ ਮਕਾਮ, ਬੀ ਟੀ ਮੈਂਬਰ ਸਾਡੇ ਚੌਧਰੀ ਅਮੀਤ ਸਾਹਿਬ ਮਜ਼ੀਦ ਜੁਲੇ ਹਾਂ ਜੀ ਇੱਧਰ ਰਾਜਨਾਣਾ ਤੱਕੜੇ ਹਾਂ, ਇਹ ਤਾਂ ਕੋਈ ਖੋਬਾ ਇਹਨਾਂ ਕੋਲੋਂ ਪੁੱਛਣੇ ਹਾਂ ਕਿ ਖੋਬੇ 'ਚ ਸਹੀ ਰਹਿਣੇ ਹੋ ਜਾਂ ਸੌਖੀ ਸਹੀ ਰਹਿਣੇ ਹੋ? ਨਾ ਨਾ, ਇਹਨਾਂ ਕੋਲ ਜਾਣਾ ਬੇਸੀ, ਹਾਂ ਚੁੰਝਾਂ ਨੇ ਲਾਏ ਵੇ ਨੇ ਖੁਸੇ। ਅੱਛਾ
ਇਹ ਤਾਂ ਕੋ ਜੀ ਖੁਬਣੇ ਹੁਬਣੇ ਆ ਪੇ ਮੈਂ ਉਧਰ ਮੋਟਰਸਾਈਕਲ ਖਲਾਇਆ ਮੋਟਰਸਾਈਕਲ ਬੈਠਾ ਮੈਂ ਡਿਊਟੀ ਵੀ ਜਾ ਸਾਂ ਫਿਰ ਮਜ਼ੀਦ ਜਨਾਬ ਵਾਲੀ ਮੁਕਾਮ ਪੁੱਜੀ ਆਇਆ ਜਿੱਥੇ ਖਾਣ ਪਕਾਉਣ ਕਰਨੇ ਨੇ ਪਏ ਅਸਲਾਮ ਅਲੈਕਮ ਉਹ ਕੀ ਹਾਲ ਹੈ ਸ਼ਕੀਲ ਸਾਹਿਬ ਠੀਕ ਹੋ ਸਾਹ ਜੀ ਮੋਹਤਰਮ ਤੁਸਾਂ ਵੱਲ ਹੋ ਸੋਕੇ 'ਚ ਸਹੀ ਰਹਿਣੇ ਹੋ ਜਾਂ ਖੁੱਬੇ ਵਿੱਚ ਮਜ਼ੀਦ ਜਨਾਬ ਵਾਲੀ ਮੁਕਾਮ ਹੁਣ ਥੋੜ੍ਹਾ ਸਵਾਦ ਆਇਆ ਕਿਉਂਕਿ ਹੁਣ ਸਰਦੀ ਸ਼ੁਰੂ ਹੋਈ ਗਈ ਹੈ ਤਾਂ ਕਲੋ ਕਲ ਜਿਹੜਾ ਖੱਲੇਣਾ ਹੋਵੇ ਸਵਾਦ ਅਛਨਾ ਹੋਣ ਉਹ ਸ਼ਕੀਲ ਸਾਹਿਬ ਕਿਆ ਕੋਈ ਡਿਟੇਲ ਸ਼ੇਲ ਹੈ ਬਹੁਤ ਖੱਜਲ ਹੋ ਗਏ ਹਾਂ ਜੀ ਚਲੋ ਖਾਈ ਪੀ ਆਏ ਹੁਣ ਮਜ਼ੀਦ ਜਨਾਬ ਮੈਂ ਅਗਰ ਤੁਸੀਂ ਦੱਸੀ ਚੁੱਕੇ ਹਾਂ ਕਿ ਰੋਟੀ ਰੋਟੀ ਸਾਰੀ ਇੱਥੇ ਹੀ ਖਵਾਲਣੀ ਇਸਨੇ ਬਾਰਿਸ਼ਾਂ ਨਹੀਂ ਵਜਿਆ ਤੂੰ ਜਿਹੜਾ ਨਾ ਸਾਰਾ ਖੱਜਲ ਹੋਈ ਗਏ ਬਰਾਤ ਸ਼ਾਤ ਗਈ ਹੈ ਹੁਣ ਫਿਰਨੇ ਸੋਨੇ ਦਾ ਇਸਟਾਮ ਕਾਰਡ ਤੋੜੀ ਫਿਰ ਜਿਹੜਾ ਨਾ ਅੱਛੀ ਦਾ ਉਹ ਖਾਸਾਂ ਪੀਸਾਂ ਇੱਥੇ ਖੋਬੇ ਵਿੱਚ ਹੀ ਜ਼ਰਾ ਗੋਡੇ ਗੋਡੇ ਤੋੜੀ ਖੂਬ ਸਰਨਾ ਕਿਆ ਹਾਲ ਹੈ ਸ਼ਕੀਲ ਸਾਹਿਬ ਮਜ਼ੀਦ ਦੇਗਾ ਸ਼ਗਾ ਜ ਜਨਾਬ ਪਕਾ ਛੋੜੀਆਂ ਨੇ ਹੁਣ ਜਿਹੜੀਆਂ ਫਾਈਨਲ ਕਰੀ ਛੋੜੀਆਂ ਨੇ ਮਜ਼ੀਦ ਹੁਣ ਅਸਾਂ ਜ਼ਰਾ ਮੋਟਰਸਾਈਕਲ ਹੈ ਜਾਸਾਂ ਇਨਸ਼ਾਅੱਲਾ ਨਾਲ ਨਾਲ ਜਿਹੜੀ ਵੀ ਡਿਟੇਲ ਹੋਈ ਇਨਸ਼ਾਅੱਲਾ ਤੁਸੀਂ ਦੱਸਾਂ ਠੀਕ ਹੈ ਲਾ ਲਿਓ ਅੱਲਾ ਸੋਹਣੇ ਨਾਲ ਇਹ ਠੀਕ ਤੁਸਾਂ ਬਾਹੋਂ ਵੀ ਤੱਕੇ ਬਹੁਤ ਜ਼ਿਆਦਾ ਨਾ ਬਾਰਿਸ਼ ਤੇਜ਼ ਜਾ ਰਹੀ ਹੈ ਹੁਣ ਕਰਿਆ ਜੁਲੇ ਹਾਂ ਅਤੇ ਇਸ ਵਲੋਗ ਮੈਂ ਐਡੀਟਿੰਗ ਵਗੈਰਾ ਕਰੀਦਾ ਨਾ ਇਨਸ਼ਾਅੱਲਾ ਤੁਹਾਡੀ ਨਜ਼ਰ ਕਰਸਾਂ ਆਪਣੀਆਂ ਦੁਆਵਾਂ ਯਾਦ ਰੱਖੇ ਅੱਲਾ ਸੋਹਣੇ